हेलो दोस्तों दोस्तों मैं एच एस महेंद्रो। दोस्तों अज आपां जिहड़ा तुहानूं दिखाने आ अमरूद दा इह बूटा है, अमरूद दा प्लांट है। ते अमरूद दे प्लांट ते जिहड़े अमरूद लगदे ने बारिश दे दिनां दे विच बहुत ज़्यादा प्रॉब्लम आ जाती है, कीड़ा बहुत लग जाता, सुंडा पै जाता है। क्यों पैंदा है, किवें रोकिया जा सकदा, उह मैं तुहानूं अज दिखाना है। ते उहदे विच जिहड़ा सुंडा है उह वी तुहानूं दिखाया जाएगा। ते बड़े ध्यान नाल मक्खी वी तुहानूं दिखाना किहड़ी उहनूं खराब करदी है, बड़े ध्यान नाल तुसीं उहनूं देख के किवें रोकथाम कर सकते हो ताकि जिहड़ा फ्रूट है बचाया जा सके। ਵੀਡੀਓ ਧਿਆਨ ਨਾਲ ਦੇਖਿਓ ਤੇ ਜੇ ਵਧੀਆ ਲੱਗੇਗੀ ਸ਼ੇਅਰ ਵੀ ਜ਼ਰੂਰ। ਹਾਂਜੀ, ਇਹ ਜਿਹੜੀ ਮੱਖੀ ਹੈ ਗੋਲਡਨ ਟਾਈਪ ਦੀ ਮੱਖੀ ਹੈ, ਫਰੂਟ ਦੇ ਉੱਪਰ ਜਿਹੜੀ ਘੁੰਮ ਰਹੀ ਹੈ, ਦੇਖੋ ਅਮਰੂਦ ਦੇ ਉੱਪਰ ਬੈਠੀ ਹੈ। ਇਹ ਕੀ ਕਰਦੀ ਹੈ ਕਿ ਅਮਰੂਦ 'ਤੇ ਇੱਕ ਪੰਚਰ ਮਾਰਦੀ ਹੈ। ਆਹ ਮੇਰੇ ਹੱਥ 'ਤੇ ਉਂਗਲਾਂ 'ਤੇ ਦੇਖੋ ਬੈਠੀ ਹੈ ਇਹ ਮੱਖੀ ਹੈ। ਇਹ ਘਰੇਲੂ ਜਿਹੜੀ ਮੱਖੀ ਆ ਉਸ ਮੱਖੀ ਤੋਂ ਅਲੱਗ ਹੈ। ਇਹ ਹਲਕੀ ਜਿਹੀ ਸੁਨਹਿਰੇ ਰੰਗ ਦੀ ਹੁੰਦੀ ਹੈ ਅਤੇ ਇਹ ਮੱਖੀ ਦਾ ਹੀ ਕੰਮ ਹੈ ਜਿਹੜਾ ਫਰੂਟ ਨੂੰ ਸਾਡੇ ਨੂੰ ਇਹ ਅਮਰੂਦ ਦੇ ਨੂੰ ਖਰਾਬ ਕਰਦੀ ਹੈ। ਇਹ ਜਿਹੜੇ ਕਾਲੇ ਕਾਲੇ ਨਿਸ਼ਾਨ ਨੇ ਇਹ ਇਸਨੇ ਸਾਰੇ ਇਹਦੇ ਵਿੱਚ ਅਮਰੂਦ ਵਿੱਚ ਆਂਡੇ ਦਿੱਤੇ ਹੋਏ ਨੇ ਪੰਚਰ ਕਰਕੇ। ਇਹ ਕਾਲਾ ਜਿਹੜਾ ਨਿਸ਼ਾਨ ਹਲਕਾ ਜਿਹਾ ਬਣ ਗਿਆ, ਇਹਦੇ ਵਿੱਚ ਸੁੰਡਾ ਪੈਦਾ ਹੁੰਦਾ। ਇਹ ਮੱਖੀ ਨੂੰ ਜਿਹੜਾ ਹੈਗਾ ਕੰਟਰੋਲ ਆਪਾਂ ਜਦੋਂ ਕਰਨਾ ਹੈ, ਇਸ ਮੱਖੀ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਫਲਾਈ ਟਰੈਪ, ਇੱਕ ਬੋਤਲ ਮਿਲਦੀ ਹੈ ਖੇਤੀਬਾੜੀ ਵਿਭਾਗ 'ਚੋਂ, ਤੁਸੀਂ ਲੈ ਸਕਦੇ ਹੋ। ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਜਿਹੜੇ ਖੇਤੀਬਾੜੀ ਸੈਂਟਰ ਨੇ, ਅਤੇ ਨਾਲ ਤੁਸੀਂ ਜਾਂ ਫਿਰ ਤੁਸੀਂ ਅਮਰੂਦ ਦੀ ਜੜ੍ਹ ਦੇ ਵਿੱਚ ਗੁੜ ਦਾ ਪਾਣੀ ਘੋਲ ਬਣਾ ਕੇ ਕਿਸੇ ਬੋਤਲ 'ਚ ਜਾਂ ਡੱਬੇ 'ਚ ਪਾ ਸਕਦੇ ਹੋ ਤਾਂ ਕਿ ਇਹ ਮਿੱਠੇ ਵੱਲ ਹੋ ਕੇ ਜਾਂਦੀ ਹੈ, ਜਦੋਂ ਅਟਰੈਕਟਿਵ ਹੋ ਕੇ ਜਾਂਦੀ ਹੈ ਤਾਂ ਉਸ ਪਾਣੀ ਦੇ ਵਿੱਚ ਵੀ ਡੁੱਬ ਕੇ ਇਹ ਜਿਹੜਾ ਹੈਗਾ ਮਰ ਜਾਂਦੀ ਹੈ ਅਤੇ ਅਮਰੂਦ ਦੇ ਵਿੱਚ ਸੁੰਡਾ ਨਹੀਂ ਪੈਂਦਾ। ਆਹ ਜਿਹੜਾ ਅਮਰੂਦ ਹੈ, ਜਿਹੜਾ ਫਰੂਟ ਤੁਸੀਂ ਦੇਖ ਰਹੇ ਹੋ, ਆਪਾਂ ਫਰੂਟ ਇੱਕ ਤੋੜਿਆ ਅਤੇ ਤੋੜ ਕੇ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿ ਆਹ ਸੁੰਡਾ ਦੇਖੋ, ਆਂਡੇ ਤੋਂ ਬਾਅਦ ਕਿਵੇਂ ਸੁੰਡਾ ਅੱਗੇ ਹੈਗਾ ਜਿਹੜਾ ਬਣ ਗਿਆ। ਇਹ ਸੁੰਡਾ ਹੈਗਾ ਜਿਹੜਾ ਅੱਗੇ ਤੋਂ ਅੱਗੇ ਮਲਟੀਪਲਾਈ ਹੁੰਦੇ ਜਾਂਦੇ ਨੇ ਅਤੇ ਸਾਰੇ ਫਰੂਟ ਨੂੰ ਹੈਗੇ ਨੇ ਜਿਹੜੇ ਅਮਰੂਦ ਨੂੰ ਸਾਰੇ ਨੂੰ ਇਹ ਖਰਾਬ ਕਰ ਦਿੰਦੇ ਹਨ। ਇਹ ਬਹੁਤ ਹੀ ਬਰੀਕ ਹੁੰਦਾ ਸਫੇਦ, ਆਹ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ। ਇਹ ਹੌਲੀ ਹੌਲੀ ਫਿਰ ਵਿਕਸਿਤ ਹੁੰਦਾ ਜਾਂਦਾ ਹੈ, ਜਦੋਂ ਜਦੋਂ ਇਹਦਾ ਸਾਈਜ਼ ਵੱਧਦਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਹ ਜਾ ਕੇ ਬਾਹਰ ਇਹਦੇ 'ਚੋਂ ਨਿਕਲਦਾ ਅਮਰੂਦ 'ਚੋਂ, ਅਤੇ ਸਾਡੇ ਜਿਹੜੇ ਅਮਰੂਦ ਨੇ ਫਰੂਟ ਨੇ ਉਹਨਾਂ ਨੂੰ ਇਹ ਸਾਰੇ ਖਰਾਬ ਕਰ ਦਿੰਦੇ ਨੇ। ਇਸ ਤੋਂ ਬਚਾਅ ਦੇ ਲਈ ਫਲਾਈ ਟਰੈਪ ਜਾਂ ਗੁੜ ਦੇ ਘੋਲ ਦੀ ਵਰਤੋਂ ਕਰੋ ਤਾਂ ਮੱਖੀ ਤੋਂ ਬਚਿਆ ਜਾ